ਲੈਂਦੇ ਹਾਂ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ ਦੇ ਮੁਹੱਲਾ ਤੁਲਸੀ ਨਗਰ ਵਿੱਚ ਸਥਿਤ ਇੱਕ ਘਰ ਵਿੱਚੋਂ ਰੁਪਏ ਤੇ ਗਹਿਣੇ ਗਾਇਬ ਹੋਣ ਤੇ ਘਰ ਵਾਲਿਆਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਘਰ ਦੇ ਵਿੱਚ ਕੰਮ ਕਰਨ ਆਉਂਦੀ ਮਹਿਲਾ ਦੇ ਉੱਪਰ ਸ਼ੱਕ ਜਤਾਇਆ, ਲੇਕਿਨ ਕੋਈ ਸਬੂਤ ਨਾ ਹੋਣ ਕਾਰਨ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਆਰੋਪ ਲਗਾਉਣਾ ਠੀਕ ਨਹੀਂ ਸੀ। ਪਰ ਇਸ 'ਤੇ ਉਹਨਾਂ ਨੂੰ ਚਾਚੀ 420 ਫਿਲਮ ਦਾ ਉਹ ਸੀਨ ਯਾਦ ਆਇਆ, ਚਾਚੀ ਬਣੇ ਕਮਲ ਹਸਨ ਅਤੇ ਉਹਨਾਂ ਦੀ ਬੇਟੀ ਗੁਪਤ ਕੈਮਰੇ ਵਿੱਚ ਘਰ ਦੇ ਵਿੱਚ ਹੀ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਕੈਮਰੇ ਦੇ ਵਿੱਚ ਕੈਦ ਕਰ ਲੈਂਦੀ ਹੈ। ਐਸਾ ਹੀ ਇਸ ਪਰਿਵਾਰ ਨੇ ਕੀਤਾ ਕਿ ਕਰੀਬ ਇੱਕ ਹਫ਼ਤੇ ਤੱਕ ਤਸਵੀਰਾਂ ਕਿਸੇ ਅੰਨੇ ਵਸਤੂ ਦੇ ਪਿੱਛੇ ਕੈਮਰਾ ਛਿਪਾ ਕੇ ਰੱਖ ਦਿੱਤਾ ਹੈ ਤਾਂ ਕਿ ਸਫਾਈ ਕਰਨ ਆਉਂਦੀ ਔਰਤ ਦੇ ਹੱਥ ਦੀ ਸਫਾਈ ਦਾ ਸਬੂਤ ਜੁਟਾਇਆ ਜਾ ਸਕੇ। ਪਰਿਵਾਰ ਵਾਲੇ ਵੀਡੀਓ ਵਿੱਚ ਕੈਦ ਉਸ ਸ਼ਖਸ ਨੂੰ ਦੇਖ ਕੇ ਉਸ ਸਮੇਂ ਦੰਗ ਰਹਿ ਗਏ ਜਦੋਂ ਕਿ ਮਹਿਲਾ ਬੜੀ ਹੀ ਚਤੁਰਾਈ ਦੇ ਨਾਲ ਅਲਮਾਰੀ ਦਾ ਤਾਲਾ ਖੋਲ੍ਹ ਕੇ ਉਸ ਦੇ ਵਿੱਚੋਂ ਪੈਸੇ ਤੇ ਗਹਿਣੇ ਨਿਕਾਲਦੀ ਨਜ਼ਰ ਆਈ। ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਮਹਿਲਾ ਦੇ ਪਾਸ ਨਕਲੀ ਚਾਬੀਆਂ ਦਾ ਇੱਕ ਗੁੱਛਾ ਵੀ ਦਿਖਾਈ ਦਿੱਤਾ। ਉਸ ਔਰਤ ਨੇ ਇਸ ਤੋਂ ਪਹਿਲਾਂ ਵੀ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਹੋਵੇਗਾ। ਜਦੋਂ ਹੀ ਘਰ ਦੇ ਵਿੱਚ ਚੋਰੀ ਹੋਈ ਤੇ ਪਰਿਵਾਰਕ ਮੈਂਬਰ ਇੱਕ ਦੂਜੇ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਣ ਲੱਗੇ, ਪਰ ਉਹਨਾਂ ਦੇ ਕੋਲ ਕਿਸੇ ਨੂੰ ਕੁਝ ਕਹਿਣ ਦਾ ਸਬੂਤ ਨਹੀਂ ਸੀ। ਔਰ ਜਦੋਂ ਉਸ ਮਹਿਲਾ ਨੂੰ CCTV ਵਿੱਚ ਵੇਖਿਆ ਗਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਔਰ ਪੁਲਿਸ ਨੇ ਹੋਰ ਜਾਣਕਾਰੀ ਉਸ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਚਾਰ ਝੂੜੀਆਂ ਆ, ਇੱਕ ਚੇਨੀ ਆ, ਤਾਂ ਦੋ ਟੋਪਸ, ਦੋ ਕਾਂਟੇ, ਤਾਂ ਦੋ ਅੰਗੂਠੀਆਂ। ਕੈਸ਼ 30,000 ਲੈ ਗਏ ਆ। ਪਹਿਲਾਂ ਕੱਢਦੀ ਰਹੀ ਆ, ਜਿੱਦਾਂ ਉਹ ਸਾਨੂੰ ਪਤਾ ਲੱਗਿਆ ਕਦੇ ਬੜੇ ਬੜੇ ਨੋਟ ਸਾਡੇ ਗਾਇਬ ਹੋਈ ਜਾਂਦੇ ਸੀ। ਤੁਹਾਨੂੰ ਸ਼ੱਕ ਕਿੱਦਾਂ ਪਿਆ, ਕਿੱਦਾਂ ਸੋਚਿਆ ਕੈਮਰਾ ਲਗਾਉਣ ਦੀ? ਸਾਨੂੰ ਸ਼ੱਕ ਪਿਆ ਜਦ ਅਸੀਂ ਲੱਭਿਆ, ਅਸੀਂ ਕਿਹਾ ਕਿ ਸਾਡੇ ਘਰ ਹੋਰ ਕੋਈ ਨਹੀਂ ਆਇਆ, ਤੇ ਸਾਨੂੰ ਇਹਦੇ 'ਤੇ ਸ਼ੱਕ ਸਿੱਧਾ ਗਿਆ ਕੋਈ ਨਹੀਂ ਆਇਆ। ਤਾਂ ਅਸੀਂ ਇਹ ਹੈਰਾਨ ਪਹਿਲਾਂ ਹੁੰਦੇ ਸੀ ਕਿ ਅਲਮਾਰੀ ਦੇ ਵਿੱਚ ਲੋਕ 'ਚੋਂ ਕਿੱਦਾਂ ਗਿਆ। ਲੋਕ ਕਿੱਦਾਂ ਬਣਾਇਆ, ਖੋਲ੍ਹਿਆ? ਲੋਕ ਇਹਦੇ ਕੋਲ ਚਾਬੀਆਂ ਹੁੰਦੀਆਂ ਸੀਗੀਆਂ, ਤਾਂ ਉਹ ਫਿਰ ਜੇ ਅਸੀਂ ਕੈਮਰਾ ਲਾਇਆ, ਅਸੀਂ ਦੇਖ ਲਿਆ, ਇੱਦਾਂ ਕੱਢ ਕੇ ਜੇ ਖੋਲ੍ਹਤੀ ਸੀ, ਅਸੀਂ ਦੇਖ ਲਿਆ ਚਾਬੀਆਂ ਨੇ ਆਪ ਬਣਾਈਆਂ, ਚਾਬੀਆਂ ਇਹਦੇ ਕੋਲ ਸੀਗੀਆਂ। ਤਾਂ ਸਾਨੂੰ ਇਹ ਅਸੀਂ ਪਜ਼ਲ ਹੋਈਏ ਕਿ ਚਾਬੀ ਸਾਡੇ ਕੋਲ, ਇਹ ਕਿੱਦਾਂ ਅੰਦਰੋਂ ਕਿੱਦਾਂ ਚਲੇ ਗਏ ਗਹਿਣੇ, ਤਾਂ ਸਾਡੇ ਘਰ ਕੋਈ ਆਉਂਦਾ ਹੀ ਨਹੀਂ। ਲੱਗਦਾ ਕਿ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੀ ਸੀ ਤੁਹਾਡੇ ਘਰ? ਇਹ 2 ਸਾਲ ਤੋਂ। ਹਾਂਜੀ, ਪਹਿਲਾਂ ਵੀ ਪੈਸੇ ਗੁਆਚਦੇ? ਪਹਿਲਾਂ ਵੀ ਗੁਆਚਦੇ ਰਹੇ। ਕਿੱਦਾਂ ਹੋਇਆ ਵਿਆਹ, ਜ਼ਿਆਦਾ ਕਦੋਂ ਪਤਾ ਲੱਗਾ ਕਿ ਇਹ ਜਿਹੜਾ ਹੈਗਾ? ਇਹ ਸੰਡੇ, ਪਿਛਲੇ ਸੰਡੇ ਪਤਾ ਲੱਗਿਆ ਸਾਨੂੰ। ਹਾਂਜੀ, ਉਹ ਗਹਿਣੇ ਦੇਖੇ, ਉਹ ਇੱਕ ਕੱਢੀਏ ਦੂਜਾ ਸਭ ਗਏ, ਬਸ ਉਸਲੇ ਦਿਮਾਗ ਘੁੰਮਿਆ ਸਾਡਾ। ਦਿੱਤੀ ਮਨੋਜ ਤਿਵਾੜੀ ਜੀ ਨੇ ਵੀ ਇੱਦਾਂ ਕਰਕੇ ਮੇਰੇ ਘਰ ਨੌਕਰਾਂ ਨੇ, ਸੋਨੀ ਸੋਨੂ ਨਾਮ ਦੀ ਸਾਡੇ ਪੋਚੇ ਪਾਚੇ ਲਾਉਂਦੀ ਆ, 5-4 ਸਾਲਾਂ ਤੋਂ ਰਹਿੰਦੀ ਆ, ਅਤੇ ਇਹਨੇ ਸਾਡੇ ਘਰ ਚੋਰੀ ਕਰ ਲਈ। ਉਹਦੇ ਵਿੱਚ ਸਾਨੂੰ ਜਦੋਂ ਕੰਪਲੇਂਟ ਕੀਤੀ, ਅਸੀਂ ਉਹਨੂੰ ਵੈਰੀਫਾਈ ਕਰਕੇ ਜਦੋਂ ਉਹਨੂੰ ਲੈਂਦਾ ਸੋਨੂ ਨੂੰ, ਉਹਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਮੈਂ ਚੋਰੀ ਕੀਤੀ ਸੀ, ਅਤੇ ਉਹਨੇ ਨਾ ਆਪਣੀ ਚਾਬੀ ਬਣਾਈ ਹੋਈ ਸੀ, ਉਹਨਾਂ ਦੇ ਲੋਕ ਦੀ ਅਲਮਾਰੀ ਦੇ ਥੱਲੇ ਲੋਕ ਸੀਗਾ, ਉਹਦੀ ਐਕਸਟਰਾ ਚਾਬੀ ਬਣਾ ਕੇ ਉਹ ਜਦੋਂ ਕੰਮ ਕਰਨ ਆਉਂਦੀ ਸੀਗੀ ਉਦੋਂ ਆਪਣਾ ਉਹ ਜਦੋਂ ਦਹਿਨੇ ਪਾਏ ਵੇਖ ਲੈਂਦੀ ਵੀ ਕੋਈ ਆਉਂਦਾ ਨਹੀਂ ਸੀ, ਉਦੋਂ ਕੱਢ ਕੇ ਉਦੋਂ ਸਮਾਨ। ਇਹ 5-6 ਮਹੀਨਿਆਂ ਤੋਂ ਇਹ ਕੰਮ। ਹੁਸ਼ਿਆਰਪੁਰ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ।
ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।